ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਪਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਵੇਂ ਵੀਡੀਓ ਦੇ ਨਾਲ। ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਧਿਆਨ ਦੀ ਦੂਸਰੀ ਵਿਧੀ ਦੇ ਨਾਲ ਸੰਬੰਧਿਤ ਹੈ। ਸੋ ਇਸ ਤੋਂ ਪਹਿਲਾਂ ਅਸੀਂ ਧਿਆਨ ਦੀ ਪਹਿਲੀ ਵਿਧੀ ਲੈ ਕੇ ਆਏ ਸੀ, ਸਵਾਸਾਂ ਦੇ ਨਾਲ ਸਫ਼ਰ ਕਰੋ। ਕਹਿਣ ਤੋਂ ਭਾਵ ਜੋ ਸਵਾਸ ਤੁਹਾਡੇ ਅੰਦਰ ਜਾ ਰਿਹਾ ਹੈ ਉਸ ਦੇ ਨਾਲ ਨਾਲ ਸਫ਼ਰ ਕਰੋ, ਅੰਦਰ ਜਾਓ ਬਾਹਰ ਆਓ, ਅੰਦਰ ਜਾਓ ਬਾਹਰ ਆਓ। ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਜੋ ਧਿਆਨ ਦੀ ਇਹ ਦੂਸਰੀ ਵਿਧੀ ਹੈ ਉਹ ਹੈ ਆਪਣੇ ਧਿਆਨ ਨੂੰ ਨਾਭੀ ਦੇ ਉੱਤੇ ਇਕੱਠਾ ਕਰੋ। ਕਹਿਣ ਤੋਂ ਭਾਵ ਆਪਣੇ ਧਿਆਨ ਨੂੰ ਕਿਸੇ ਇੱਕ ਸਿਰੇ 'ਤੇ ਇਕੱਠਾ ਕਰੋ, ਇੱਕ ਸਿਰੇ 'ਤੇ ਲਗਾਓ, ਜਾਂ ਤਾਂ ਤੀਸਰੇ ਨੇਤਰ 'ਤੇ ਲਗਾਓ ਚਾਹੇ ਨਾਭੀ 'ਤੇ ਲਗਾਓ। ਸੋ ਇਸ ਵਿਧੀ ਨੂੰ ਕਰਨ ਦੇ ਲਈ ਪੂਰੇ ਹੀ ਸਜਗਤਾ ਦੇ ਧਿਆਨ ਦੇ ਨਾਲ ਬੈਠਣਾ ਹੈ, ਕੋਈ ਵੀ ਕਲਪਨਾ ਨਹੀਂ ਕਰਨੀ। ਜਦੋਂ ਤੁਸੀਂ ਧਿਆਨ ਦੇ ਉੱਤੇ ਬੈਠੋਗੇ ਤਾਂ ਆਪਣੇ ਧਿਆਨ ਨੂੰ ਅੰਦਰ ਜਾਂਦਾ ਹੋਇਆ ਜਦੋਂ ਮਹਿਸੂਸ ਕਰੋਗੇ, ਤੁਸੀਂ ਦੇਖੋਗੇ ਕਿ ਨਾਭੀ ਦੇ ਉੱਤੇ ਇੱਕ ਇਹ ਧਿਆਨ ਕੁਝ ਮਿਲੀ ਸੈਕਿੰਡ ਦੇ ਰੁਕਦਾ ਹੈ, ਚੋਟ ਕਰਦਾ ਹੈ। ਉਸ ਮਿਲੀ ਸੈਕਿੰਡ ਨੂੰ ਫੜਨ ਦੀ ਕੋਸ਼ਿਸ਼ ਕਰਨੀ, ਉਸ ਪਿੱਛੇ ਭੱਜਣਾ ਨਹੀਂ, ਉਸ ਪਿੱਛੇ ਸੋਚਣਾ ਨਹੀਂ ਵੀ ਤੁਹਾਡੇ ਤੋਂ ਹੋ ਨਹੀਂ ਰਿਹਾ। ਤੁਸੀਂ ਅਭਿਆਸ ਕਰਨਾ ਹੈ, ਅਭਿਆਸ ਕਰਦੇ ਜਾਓ, ਅੱਗੇ ਵੱਧਦੇ ਜਾਓ। ਜਦੋਂ ਸਵਾਸ ਤੁਹਾਡੇ ਅੰਦਰ ਜਾਵੇਗਾ, ਜਦੋਂ ਸਵਾਸ ਵਾਪਸ ਮੁੜਦਾ ਹੈ ਉਦੋਂ ਮੋੜ ਪੈਂਦਾ ਹੈ, ਜਦੋਂ ਆਪਾਂ ਯੂ ਟਰਨ ਲੈਂਦੇ ਹਾਂ ਅਤੇ ਕੁਝ ਮਿਲੀ ਸੈਕਿੰਡ ਲਈ ਅਸੀਂ ਉਸ ਯੂ ਟਰਨ ਨੂੰ ਲੈਂਦੇ ਸਮੇਂ ਰੁਕਦੇ ਹਾਂ, ਉਵੇਂ ਹੀ ਸਾਡਾ ਸਵਾਸ ਅੰਦਰ ਜਾ ਕੇ ਜਦੋਂ ਯੂ ਟਰਨ ਲੈਂਦਾ ਹੈ ਤਾਂ ਉਹ ਮਿਲੀ ਸੈਕਿੰਡ ਲਈ ਉੱਥੇ ਸਵਾਸ ਸਾਡਾ ਰੁਕਦਾ ਹੈ। ਕਹਿਣ ਤੋਂ ਭਾਵ ਉੱਥੇ ਡੈਥ ਹੁੰਦੀ ਹੈ, ਕੁਝ ਵੀ ਨਹੀਂ ਹੁੰਦਾ, ਖਤਮ ਹੁੰਦਾ ਹੈ। ਉਸ ਜੋ ਵਿਸ਼ਰਾਮ ਹੈ ਉਹ ਕੁਝ ਮਿਲੀ ਸੈਕਿੰਡ ਦਾ ਜੋ ਵਿਸ਼ਰਾਮ ਹੈ ਉਸ ਵਿਸ਼ਰਾਮ ਨੂੰ ਅਸੀਂ ਪਕੜਨਾ ਹੈ। ਇਹ ਵਿਸ਼ਰਾਮ ਸਾਡੇ ਦੋ ਪੁਆਇੰਟਾਂ ਦੇ ਉੱਤੇ ਹੁੰਦਾ ਹੈ, ਇੱਕ ਤਾਂ ਨਾਭੀ ਤੋਂ ਹੇਠਾਂ ਹੁੰਦਾ ਹੈ ਅਤੇ ਦੂਸਰਾ ਤੀਸਰੇ ਨੇਤਰ 'ਤੇ ਹੁੰਦਾ ਹੈ। ਇਹ ਵਿਸ਼ਰਾਮ ਨੂੰ ਜਦੋਂ ਅਸੀਂ ਆਪਣੀ ਪਕੜ ਵਿੱਚ ਲੈ ਆਉਂਦਾ ਤਾਂ ਅਸੀਂ ਆਪਣੇ ਉਸ ਪਰਮ ਆਨੰਦ ਨੂੰ ਪ੍ਰਾਪਤ ਕਰ ਲਵਾਂਗੇ। ਸੋ ਧਿਆਨ ਦੇ ਵਿੱਚ ਉਤਰਦਿਆਂ ਹੋਇਆਂ, ਇਸ ਤਰ੍ਹਾਂ ਦੇ ਸਮਾਧੀ ਨੂੰ ਕਰਦਿਆਂ ਹੋਇਆਂ ਕਦੇ ਵੀ ਕਲਪਨਾ ਵਿੱਚ ਨਹੀਂ ਉਤਰਨਾ। ਜੇਕਰ ਤੁਸੀਂ ਕਲਪਨਾ ਵਿੱਚ ਉਤਰੋਗੇ ਤਾਂ ਤੁਸੀਂ ਉਲਝ ਜਾਵੋਗੇ, ਤੁਹਾਡਾ ਧਿਆਨ ਸਹੀ ਜਗ੍ਹਾ 'ਤੇ ਨਹੀਂ ਲੱਗੇਗਾ, ਤੁਹਾਡਾ ਧਿਆਨ ਸਹੀ ਨਹੀਂ ਹੋਵੇਗਾ। ਕੋਈ ਕਲਪਨਾ ਨਹੀਂ ਕਰਨੀ, ਘਬਰਾਉਣਾ ਨਹੀਂ, ਜਲਦਬਾਜ਼ੀ ਨਹੀਂ ਕਰਨੀ, ਕਿਉਂਕਿ ਇੱਕ ਕੁਦਰਤੀ ਨਿਯਮ ਹੈ, ਧਿਆਨ ਇੱਕ ਕੁਦਰਤੀ ਪ੍ਰਕਿਰਿਆ ਹੈ। ਤੁਸੀਂ ਸਿਰਫ ਬੈਠਣਾ ਹੈ, ਆਪਣੇ ਸਵਾਸਾਂ ਨੂੰ ਜਾਣਨਾ ਹੈ, ਦੇਖਣਾ ਹੈ ਤਾਂ ਜੋ ਤੁਸੀਂ ਆਪਣੇ ਅੰਦਰ ਉਤਰ ਸਕੋ। ਸੋ ਜਦੋਂ ਵੀ ਧਿਆਨ ਦੇ ਵਿੱਚ ਉਤਰਨਾ ਹੋਵੇ ਤਾਂ ਜਦੋਂ ਧਿਆਨ ਅੰਦਰ ਚੋਟ ਕਰੇ ਮਿਲੀ ਸੈਕਿੰਡ ਲਈ, ਜਦੋਂ ਧਿਆਨ ਰੁਕ ਕੇ ਸਵਾਸ ਰੁਕ ਕੇ ਵਾਪਸ ਮੁੜਦਾ ਹੈ ਉਸ ਜਗ੍ਹਾ ਉੱਤੇ, ਜਦੋਂ ਧਿਆਨ ਤੁਹਾਡਾ ਇਕੱਤਰ ਹੋਵੇਗਾ ਉਸ ਪੁਆਇੰਟ ਨੂੰ ਤੁਸੀਂ ਪੜ੍ਹ ਲਵੋਗੇ ਤਾਂ ਤੁਸੀਂ ਆਪਣੇ ਧਿਆਨ ਦੇ ਉਸ ਸਿਖਰ ਨੂੰ ਪ੍ਰਾਪਤ ਕਰ ਲਵੋਗੇ। ਸੋ ਦੋਸਤੋ, ਧਿਆਨ ਇੱਕ ਕੁਦਰਤੀ ਪ੍ਰਕਿਰਿਆ ਹੈ, ਇਸਨੂੰ ਕਰਦਿਆਂ ਹੋਇਆ ਡਰਨਾ ਨਹੀਂ ਆ ਅਤੇ ਕੋਈ ਵੀ ਕਲਪਨਾ ਨਹੀਂ ਕਰਨੀ। ਹੌਲੀ ਹੌਲੀ ਤੁਸੀਂ ਬ੍ਰਹਮ ਦੇ ਵਿੱਚ, ਬ੍ਰਹਮੰਡ ਦੇ ਵਿੱਚ ਉਤਰ ਜਾਵੋਗੇ, ਤੁਹਾਡੇ ਖਿਆਲ ਬਦਲ ਜਾਣਗੇ। ਸੋ ਆਪਣਾ ਧਿਆਨ ਰੱਖੋ, ਖਿਆਲ ਰੱਖੋ, ਅਭਿਆਸ ਕਰਦੇ ਰਹੋ। ਸੋ ਅੱਜ ਦੇ ਲਈ ਇੰਨਾ ਹੀ, ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਨਵੀਂ ਵੀਡੀਓ ਦੇ ਨਾਲ, ਨਵੀਂ ਧਿਆਨ ਦੀ ਵਿਧੀ ਦੇ ਨਾਲ। ਧੰਨਵਾਦ।